ਦਿਵਸ ਨੂੰ ਸਮਰਪਿਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ 118 ਸਾਲ ਦੀ ਉਮਰ ਦੇ ਵਿੱਚ ਕਰਤਾਰ ਕੌਰ ਨੇ ਦਿਲ ਦਾ ਆਪਰੇਸ਼ਨ ਕਰਵਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਬਜ਼ੁਰਗ ਔਰਤ ਦੀਆਂ 5 ਪੀੜ੍ਹੀਆਂ ਨੇ ਅਤੇ ਉਹਨਾਂ ਦੇ ਪੋਤੇ ਵੀ ਪੋਤਿਆਂ ਵਾਲੇ ਹੋ ਗਏ ਨੇ। ਹਸਪਤਾਲ ਨੇ ਮਹਿਲਾ ਦਿਵਸ ਨੂੰ ਸਮਰਪਿਤ ਇਸ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ ਕੀਤਾ ਹੈ। ਬਜ਼ੁਰਗ ਕਰਤਾਰ ਕੌਰ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਰਮਨਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਹੁਣ ਤੱਕ ਵਿਸ਼ਵ ਵਿੱਚ ਦਿਲ ਦਾ ਆਪਰੇਸ਼ਨ 107 ਸਾਲ ਦੀ ਉਮਰ ਤੱਕ ਹੀ ਹੋਇਆ ਹੈ, ਪਰ ਉਹਨਾਂ ਨੇ 118 ਸਾਲ ਦੀ ਬਜ਼ੁਰਗ ਔਰਤ ਦਾ ਆਪਰੇਸ਼ਨ ਕਰਕੇ ਇਹ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਹਨਾਂ ਕਿਹਾ ਕਿ ਵਿਸ਼ਵ ਰਿਕਾਰਡ ਬਣ ਗਿਆ ਹੈ। ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਹਾਲਤ ਠੀਕ ਹੈ। ਜੋ ਪਿਛਲਾ ਰਿਕਾਰਡ ਦੁਨੀਆ ਦੇ ਵਿੱਚ ਹੈਗਾ ਪੇਸਮੇਕਰ ਦਾ, ਉਹ 107 ਸਾਲ ਦਾ ਹੈਗਾ। ਇੰਡੀਅਨ ਰਿਕਾਰਡ 105 ਸਾਲ ਦਾ ਹੈਗਾ SGPGI ਲਖਨਊ ਦਾ ਹੈਗਾ। ਅਤੇ ਸੋ ਵੀ ਵਰ ਪ੍ਰੀਟੀ ਸ਼ੋਰ ਕਿ ਸਾਡਾ ਵਰਲਡ ਰਿਕਾਰਡ, ਅਸੀਂ 107 ਵਾਲਾ ਰਿਕਾਰਡ ਨੂੰ ਤਾਂ ਤੋੜ ਹੀ ਦਿਆਂਗੇ, ਅਤੇ 118 ਦੇ ਹਿਸਾਬ ਨਾਲ ਤਾਂ ਅਸੀਂ 11 ਸਾਲਾਂ ਨਾਲ ਉਸ ਰਿਕਾਰਡ ਨੂੰ ਬੈਟਰ ਕੀਤਾ ਹੈਗਾ। ਉਸ ਤੋਂ ਬਾਅਦ ਸਾਡਾ 28 ਤਰੀਕ ਤੋਂ ਲੈ ਕੇ ਸਾਡਾ ਮੇਨ ਕੰਸਰਨ ਸੀ ਕਿ ਮਾਤਾ ਜੀ ਠੀਕ ਰਹਿਣ, ਅਤੇ ਅਗਲੇ ਦਿਨ ਤੋਂ ਹੀ ਮਾਤਾ ਜੀ ਆਪੇ ਖਾਣਾ ਪੀਣਾ ਸ਼ੁਰੂ ਕਰਤਾ। ਉਹਨਾਂ ਨੇ ਹੋਸ਼ 'ਚ ਹੈਗੇ ਨੇ, ਗੱਲਾਂ ਕਰ ਰਹੇ ਨੇ, ਕੋਈ ਆਕਸੀਜਨ ਦੀ ਲੋੜ ਨਹੀਂ ਉਹਨਾਂ ਨੂੰ। ਅਤੇ ਆਪਰੇਸ਼ਨ ਸਕਸੈਸਫੁਲ ਰਿਹਾ। 1 ਘੰਟੇ ਦੇ ਵਿੱਚ ਅਸੀਂ ਪਰਮਾਨੈਂਟ ਪੇਸਮੇਕਰ ਲਗਾਤਾ ਸੀਗਾ। ਸਾਡੀ ਕਾਰਡੀਕ ਐਨਸਥੀਜ਼ੀਆ ਦੀ ਟੀਮ ਦਾ ਬਹੁਤ ਸਹਿਯੋਗ ਰਿਹਾ, ਕਿਉਂਕਿ ਇੰਨੀ ਵਧੇਰੇ ਉਮਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਨਸਥੀਜ਼ੀਆ ਦੇਣਾ ਪੇਸ਼ੈਂਟ ਨੂੰ ਬਹੁਤ ਚੈਲੇਂਜਿੰਗ ਹੋ ਜਾਂਦਾ ਹੈ, ਅਤੇ ਕੋਈ ਵੀ ਛੇੜਖਾਨੀ ਹਾਰਟ ਦੇ ਨਾਲ ਪੇਸ਼ੈਂਟ ਕਈ ਵਾਰੀ ਬਰਦਾਸ਼ਤ ਨਹੀਂ ਕਰਦੇ। ਉਧਰ ਦੂਜੇ ਪਾਸੇ ਬਜ਼ੁਰਗ ਕਰਤਾਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਦੇ ਪੋਤੇ ਨੇ ਦੱਸਿਆ ਕਿ ਉਹ ਕਾਫੀ ਉਤਸ਼ਾਹਿਤ ਨੇ, ਕਿਉਂਕਿ ਜਿਸ ਉਮਰ ਵਿੱਚ ਅਕਸਰ ਬਜ਼ੁਰਗ ਜਿਉਣ ਤੱਕ ਦੀ ਚਾਹ ਛੱਡ ਦਿੰਦੇ ਨੇ, ਉਸ ਉਮਰ ਵਿੱਚ ਉਹਨਾਂ ਦੀ ਬਜ਼ੁਰਗ ਔਰਤ ਨੇ ਆਪਰੇਸ਼ਨ ਕਰਵਾਇਆ। ਅਸੀਂ ਤਾਂ ਸਾਰੇ ਲੋਕਾਂ ਨੇ ਯਾਰ ਇੰਨੀ ਏਜ ਹੋ ਗਈ, ਛੱਡੋ ਛੱਡੋ, ਪਰ ਸਾਡੇ ਫਿਰੋਜ਼ਪੁਰ ਡਾਕਟਰ ਬਾਗੀ ਹੈਗੇ ਜੀ, ਫੈਮਲੀ ਡਾਕਟਰ, ਉਹ ਕਹਿੰਦੇ ਮੈਂ ਰਿਸਕ ਲੈਣਾ ਹੀ ਲੈਣਾ। ਅਤੇ ਉਹਨਾਂ ਨੇ ਇਹਨਾਂ ਨੂੰ ਇੱਥੇ ਡਾਕਟਰ ਸਾਹਿਬ ਨਾਲ ਗੱਲ ਕੀਤੀ, ਇਹ ਵੀ ਯੰਗ ਬਲੱਡ ਡਾਕਟਰ ਸੀ, ਕਹਿੰਦੇ ਯਾਰ ਆਪਾਂ ਕਰਕੇ ਦੇਖਦੇ ਹਾਂ ਐਡੀ ਕੀ ਗੱਲ ਹੈਗੀ। ਇਹਨਾਂ ਨੇ ਇੱਥੇ ਭੇਜਿਆ, ਅਸੀਂ 8:30 ਪਹੁੰਚ ਗਏ, 9:30 ਡਾਕਟਰ ਸਾਹਿਬ ਆ ਗਏ। ਇਹਨਾਂ ਨੇ ਪਹਿਲਾਂ ਬਾਹਰ ਆਇਆ ਪੇਸਮੇਕਰ, ਉਹ ਤੋਂ ਬਾਅਦ ਉਹ ਮਾਤਾ ਜੀ ਠੀਕ ਹੋ ਗਏ, ਸੈਂਸ 'ਚ ਆ ਗਏ, ਗੱਲਾਂ ਕਰਨ ਲੱਗ ਗਏ। ਉਸ ਤੋਂ ਬਾਅਦ ਇਹਨਾਂ ਨੇ ਆਪਰੇਸ਼ਨ ਕਰਤਾ। ਆਪਰੇਸ਼ਨ ਕਰਨ ਤੋਂ 1-2 ਦਿਨ ਬਾਅਦ ਹੁਣ ਤਾਂ ਬਿਲਕੁਲ ਨਾਰਮਲ, ਨਾ ਜ਼ਿਆਦਾ ਬੋਲਦੇ ਆ ਨਾ ਘੱਟ। ਹੁਣ ਜਿਵੇਂ ਪਿੰਡ ਨਾਰਮਲ ਸੀ ਉਵੇਂ ਹੁਣ ਖਾਣ ਪੀਣ ਵੀ ਲੱਗ ਗਏ, ਅੱਜ ਸਾਨੂੰ ਛੁੱਟੀ ਮਿਲ ਜਾਣੀ। ਉਧਰ ਉਹਨਾਂ ਦੇ ਪੋਤੇ ਦੇ ਪੁੱਤਰ ਨੇ ਦੱਸਿਆ ਕਿ ਉਹ ਵੀ ਬੱਚਿਆਂ ਵਾਲਾ ਹੋ ਗਿਆ ਹੈ ਅਤੇ ਕਰਤਾਰ ਕੌਰ ਦੀ ਇਹ 5ਵੀਂ ਜਨਰੇਸ਼ਨ ਹੈ। ਡਾਕਟਰ ਸਾਹਿਬ ਉਨੀਆਂ ਨੇ ਫੋਰਸ ਕੀਤਾ ਤਾਂ ਸੀ ਡੇਟ ਆਫ ਬਰਥ ਲੱਭਣ ਦੀ, ਡਾਕੂਮੈਂਟੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਅਦਰਵਾਈਜ਼ ਉਹ ਕਿਉਂ, ਜਿਵੇਂ ਕਹਿੰਦੇ ਆਪਣੇ ਕਹਾਵਤ ਹੈ ਕਿ ਬੁਰੀ ਨਜ਼ਰ ਤੋਂ ਬਚਾ ਕੇ, ਜਦੋਂ ਤੁਸੀਂ ਕਹਿੰਦੇ ਹੋ 100 ਸਾਲ ਤੋਂ ਉੱਪਰ ਤਾਂ ਬੰਦਾ ਇੱਕ ਵਾਰੀ ਸ਼ੌਕ ਸਟੇਟ ਵਿੱਚ ਹੈ, ਸ਼ੌਕ ਮੋੜ ਲੈਂਦਾ, ਤਾਂ ਅਸੀਂ ਇਸ ਕਰਕੇ ਡਰ ਕੇ ਰੱਖਿਆ ਸੀ ਕਿ ਇਹ ਸਾਡੇ ਕੋਲ ਇੱਕ ਹਿਸਾਬ ਦਾ ਬਸ ਕੀਮਤੀ ਫੁੱਲ ਹੀ। ਬਿਲਕੁਲ ਜੀ, ਇਹ ਤਾਂ ਪਰਮਾਤਮਾ ਦੀ ਦੇਣ ਹੈ ਜੀ, ਇਹ ਤਾਂ ਇੱਕ ਰੱਬ ਦਾ ਰੂਪ ਹੈ। ਇਹਨਾਂ ਦੇ ਸਿਰ 'ਤੇ ਸਾਡਾ ਪਰਿਵਾਰ ਵਧੀ ਜਾਂਦਾ ਹੈ। ਕੁਛ ਜਿੰਨੀਆਂ ਅਸੀਸਾਂ ਸਾਨੂੰ ਸਵੇਰੇ ਸ਼ਾਮ ਇਹਨਾਂ ਤੋਂ ਮਿਲਦੀਆਂ, ਸ਼ਾਇਦ ਹੀ ਜਿੰਨਾ ਪਾਠ ਪੂਜਾ ਇਹਨਾਂ ਨੇ ਕੀਤਾ, ਸ਼ਾਇਦ ਹੀ ਕਿਸੇ ਦਾ। ਸੋ ਜਿਵੇਂ ਕਹਿੰਦੇ ਨਾ, ਬਜ਼ੁਰਗਾਂ ਦਾ
ਸੇਵਾ ਦਾ ਫਲ ਮਿਲਦਾ ਉਹ ਸੇਵਾ ਦਾ ਫਲ ਅਸੀਂ ਸਾਰੇ ਪਰਿਵਾਰ ਮਾਣਦੇ ਹਾਂ। ਹਾਂਜੀ, ਮੈਂ ਮੈਰਿਡ ਹੈ ਜੀ, ਮੇਰੇ ਬੱਚੇ ਹੈ ਜੀ, ਮੇਰੀ ਇੱਕ ਦੋ ਬੇਟੀਆਂ ਹੈ, ਇੱਕ 3 ਸਾਲ ਦੀ ਇੱਕ 1 ਸਾਲ ਦੀ ਹੈ, ਜੋ ਛੋਟੀ ਬੇਟੀ ਹੈ ਉਹ ਇਹਨਾਂ ਦੇ ਨਾਲ ਹੀ ਰਹਿੰਦੀ ਹੈ। ਸੋ ਇੱਕ ਪਾਸੇ ਪੂਰਾ ਵਿਸ਼ਵ ਮਹਿਲਾ ਦਿਵਸ ਮਨਾ ਰਿਹਾ ਹੈ, ਉੱਥੇ ਹੀ ਲੁਧਿਆਣਾ ਦੇ ਹਸਪਤਾਲ 'ਚ ਫਿਰੋਜ਼ਪੁਰ ਦੀ 118 ਸਾਲਾ ਕਰਤਾਰ ਕੌਰ ਨੇ ਦਿਲ ਦਾ ਆਪਰੇਸ਼ਨ ਕਰਵਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ ਅਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਜਿਉਣ ਦੀ ਚਾਹ ਹੋਵੇ ਤਾਂ ਇਨਸਾਨ ਮੌਤ ਨੂੰ ਵੀ ਮਾਤ ਦੇ ਸਕਦਾ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।